ਸਾਰੇ ਅੱਜ ਦੇ ਆਰਜੀਸੀ ਬੋੜਾਵਾਲ ਆਨਲਾਈਨ ਕਲਾਸਸ ਦੇ ਵਿੱਚ ਜੁੜੇ ਹੋਏ ਸਾਰੇ ਵਿਦਿਆਰਥੀਆਂ ਦਾ ਮੈਂ ਪ੍ਰੋਫੈਸਰ ਮਨਜਿੰਦਰ ਸਿੰਘ ਆਪ ਸਭ ਦਾ ਸਵਾਗਤ ਕਰਦਾ ਕਿ ਤੁਸੀਂ ਅੱਜ ਦੀਆਂ ਆਰਜੀਸੀ ਬੋੜਾਵਾਲ ਆਨਲਾਈਨ ਕਲਾਸਸ ਦੇ ਵਿੱਚ ਸਾਡੇ ਨਾਲ ਲਾਈਵ ਜੁੜੇ ਹੋ ਅੱਜ ਆਪਾਂ ਗੱਲ ਕਰਾਂਗੇ ਸੌਫਟਵੇਅਰ ਇੰਜੀਨੀਅਰਿੰਗ ਕਿ ਸੌਫਟਵੇਅਰ ਕੀ ਹੈ ਕਦੋਂ ਡਿਵੈਲਪ ਹੋਇਆ ਜਾਂ ਕਦੋਂ ਉਹਦੀ ਜ਼ਰੂਰਤ ਹੈ ਜਿਹੜੀ ਸਾਨੂੰ ਉਹ ਮਹਿਸੂਸ ਹੋਈ ਸੌਫਟਵੇਅਰ ਇੰਜੀਨੀਅਰਿੰਗ ਹੈ ਕੀ ਚੀਜ਼ ਉਹਦੇ ਬਾਰੇ ਪਹਿਲਾਂ ਆਪਾਂ ਪੜ੍ਹਾਂਗੇ ਡਿਸਕਸ ਕਰਾਂਗੇ ਕਦੋਂ ਕਦੋਂ ਕਿਹੜੀਆਂ ਚੀਜ਼ਾਂ ਆਈਆਂ ਉਸ ਤੋਂ ਬਾਅਦ ਕਿਹੜੇ ਕਿਹੜੇ ਉਹਦੇ ਫੇਸ ਨੇ ਜਿਨ੍ਹਾਂ ਦੇ ਵਿੱਚੋਂ ਲੰਘ ਕੇ ਇੱਕ ਸੌਫਟਵੇਅਰ ਹੈ ਜਿਹੜਾ ਉਹ ਤਿਆਰ ਹੋਇਆ ਤਾਂ ਸੌਫਟਵੇਅਰ ਇੰਜੀਨੀਅਰਿੰਗ ਕਿਹਾ ਸੌਫਟਵੇਅਰ ਇੱਕ ਸਿਸਟੇਮੈਟਿਕ ਵੇ ਹੈ ਜਿਵੇਂ ਆਪਾਂ ਕਹਿ ਦਈਏ ਕਿ ਸੌਫਟਵੇਅਰ ਇੰਜੀਨੀਅਰਿੰਗ ਕੀ ਹੈ ਜਿਹਦੇ ਵਿੱਚ ਅਸੀਂ ਅੱਜ ਆਪਾਂ ਉਹਦੀ ਡੈਫੀਨੇਸ਼ਨ ਅਤੇ ਉਹਦੀ ਇਵੈਲੂਏਸ਼ਨ ਦੇ ਬਾਰੇ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰਨ ਲੱਗੇ ਹਾਂ ਸੌਫਟਵੇਅਰ ਇੰਜੀਨੀਅਰਿੰਗ ਕਿਹਾ ਇਟ ਇਜ਼ ਆ ਸਿਸਟੇਮੈਟਿਕ ਡਿਸਪਲਿਨਰ ਕੋਸਟ ਇਫੈਕਟਿਵ ਟੈਕਨੀਕ ਫੋਰ ਸੌਫਟਵੇਅਰ ਡਿਵੈਲਪਮੈਂਟ ਕਿਸੇ ਵੀ ਸੌਫਟਵੇਅਰ ਨੂੰ ਡਿਵੈਲਪ ਕਰਨ ਦੇ ਲਈ ਉਹਨੂੰ ਤਿਆਰ ਕਰਨ ਦੇ ਲਈ ਇੱਕ ਸਿਸਟੇਮੈਟਿਕ ਵੇ ਦੇ ਨਾਲ ਇੱਕ ਸਿਸਟੇਮੈਟਿਕ ਤਰੀਕਾ ਹੈ ਜੋ ਆਪਾਂ ਕਹਿ ਦਈਏ ਇੱਕ ਤਰਤੀਬ ਅਸੀਂ ਕਿਸੇ ਚੀਜ਼ ਨੂੰ ਤਿਆਰ ਕਰਨਾ ਤਾਂ ਸਾਨੂੰ ਪਹਿਲਾਂ ਉਹਦੀ ਤਰਤੀਬ ਹੈ ਜਿਹੜੀ ਉਹ ਬਣਾਉਣੀ ਪੈਂਦੀ ਹੈ ਜੇਕਰ ਸਾਡੇ ਕੋਲ ਉਹਦੀ ਤਰਤੀਬ ਨਹੀਂ ਤਾਂ ਅਸੀਂ ਉਸ ਚੀਜ਼ ਨੂੰ ਤਿਆਰ ਨਹੀਂ ਕਰ ਸਕਦੇ ਤਾਂ ਸਿਸਟੇਮੈਟਿਕ ਦਾ ਮਤਲਬ ਕੀ ਹੈ ਪਹਿਲਾਂ ਤੁਹਾਨੂੰ ਮੈਂ ਥੋੜ੍ਹਾ ਜਿਹਾ ਸੌਫਟਵੇਅਰ ਦੱਸ ਦਿੰਦਾ ਕਿ ਸੌਫਟਵੇਅਰ ਕੀ ਹੁੰਦਾ ਸੌਫਟਵੇਅਰ ਅਤੇ ਹਾਰਡਵੇਅਰ ਹਾਰਡਵੇਅਰ ਕੀ ਚੀਜ਼ ਹੈ ਜਿਹੜੀ ਚੀਜ਼ ਨੂੰ ਅਸੀਂ ਟੱਚ ਕਰ ਸਕਦੇ ਹਾਂ ਜਿਹੜੀ ਚੀਜ਼ ਦੇ ਨਾਲ ਅਸੀਂ ਕੋਈ ਕੰਮ ਹੈ ਜਿਹੜਾ ਉਹ ਪਰਫੋਰਮ ਕਰਦੇ ਹਾਂ ਪਰ ਸੌਫਟਵੇਅਰ ਤੁਹਾਨੂੰ ਚੀਜ਼ ਦਿਖਦੀ ਨਹੀਂ ਉਹਨੂੰ ਤੁਸੀਂ ਟੱਚ ਨਹੀਂ ਕਰ ਸਕਦੇ ਉਹਨੂੰ ਸਿਰਫ ਤੁਸੀਂ ਕੀ ਕਰ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਆਪਾਂ ਕੰਪਿਊਟਰ ਚਲਾਇਆ ਤਾਂ ਤੁਸੀਂ ਕੀਬੋਰਡ ਮਾਊਸ ਹਾਰਡਵੇਅਰ ਨੇ ਉਹਨਾਂ ਨੂੰ ਤੁਸੀਂ ਟੱਚ ਕਰ ਸਕਦੇ ਹੋ ਸਕਰੀਨ ਦੇ ਉੱਤੇ ਤੁਹਾਨੂੰ ਚੀਜ਼ ਹੋ ਰਹੀ ਹੈ ਮੈਂ ਸਕਰੀਨ ਟੱਚ ਕਰਾਂਗਾ ਤਾਂ ਸਕਰੀਨ ਨੂੰ ਅਸੀਂ ਟੱਚ ਕਰ ਸਕਦੇ ਹਾਂ ਪਰ ਜੋ ਤੁਹਾਨੂੰ ਸਪੈਲਿੰਗ ਜੋ ਤੁਹਾਨੂੰ ਡਾਟਾ ਅੰਦਰ ਸ਼ੋ ਹੋ ਰਿਹਾ ਅਸੀਂ ਉਹਨੂੰ ਸਿਰਫ ਮਹਿਸੂਸ ਕਰ ਸਕਦੇ ਹਾਂ ਇਸੇ ਸਮਝ ਸਕਦੇ ਕਿਵੇਂ ਇਹ ਚੀਜ਼ ਚੱਲ ਰਹੀ ਹੈ ਜਿਵੇਂ ਆਪਾਂ ਕਹੀਏ ਆਡੀਓ ਕੈਸਟ ਹੁੰਦੀ ਸੀ ਕੈਸਟਾਂ ਦੇ ਵਿੱਚ ਕੀ ਸੀ ਅਸੀਂ ਕੈਸਟ ਨੂੰ ਤਾਂ ਟੱਚ ਕਰ ਸਕਦੇ ਸੀ ਪਰ ਉਹਦੇ ਅੰਦਰ ਕੋਈ ਸਾਊਂਡ ਚੱਲ ਰਿਹਾ ਜਾਂ ਕੋਈ ਚੀਜ਼ ਹੈ ਅਸੀਂ ਉਹਨੂੰ ਜਿਹੜੀ ਉਹ ਨਹੀਂ ਟੱਚ ਕਰ ਸਕਦੇ ਉਹ ਚੀਜ਼ ਕੀ ਹੈ ਸੌਫਟਵੇਅਰ ਤਾਂ ਸੌਫਟਵੇਅਰ ਕੀ ਹੁੰਦਾ ਇੱਕ ਸਾਡੇ ਕੋਲ ਪਹਿਲਾਂ ਕੀ ਹੁੰਦਾ ਡਾਟਾ ਹੁੰਦਾ ਉਸ ਡਾਟਾ ਹੁੰਦਾ ਰਾ ਮਟੀਰੀਅਲ ਜਿਹਦਾ ਕੋਈ ਮਤਲਬ ਨਹੀਂ ਹੁੰਦਾ ਜਿਹਦਾ ਕੋਈ ਪਰਪਜ ਨਹੀਂ ਹੁੰਦਾ ਪਰ ਜਦੋਂ ਉਸ ਡਾਟੇ ਨੂੰ ਅਸੀਂ ਪ੍ਰੋਸੈਸ ਕਰਦੇ ਹਾਂ ਤਾਂ ਪ੍ਰੋਸੈਸ ਕਰਕੇ ਸਾਡੇ ਕੋਲ ਕੀ ਬਣਦੀ ਆ ਉਹ ਇੱਕ ਇਨਫੋਰਮੇਸ਼ਨ ਬਣਦੀ ਹੈ ਤਾਂ ਜਦੋਂ ਸਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਇਕੱਠੀ ਹੋ ਜਾਂਦੀ ਹੈ ਤਾਂ ਉਹ ਕੀ ਬਣ ਜਾਂਦੀ ਹੈ ਸਾਡੇ ਕੋਲ ਇੱਕ ਨੌਲੇਜ ਬਣ ਜਾਂਦੀ ਹੈ ਤੇ ਜਦੋਂ ਉਸ ਨੌਲੇਜ ਨੂੰ ਅਸੀਂ ਇੱਕ ਸਿਸਟੇਮੈਟਿਕ ਵੇ ਦੇ ਨਾਲ ਤਿਆਰ ਕਰਾਂਗੇ ਤਾਂ ਸਾਡੇ ਕੋਲ ਕੀ ਬਣਦਾ ਇੱਕ ਸੌਫਟਵੇਅਰ ਤਿਆਰ ਹੁੰਦਾ ਸੌਫਟ ਪ੍ਰੋਗਰਾਮ ਬਣਦਾ ਉਹ ਪ੍ਰੋਗਰਾਮ ਕੀ ਹੋਣਗੇ ਸਾਡੇ ਕੋਲ ਸੌਫਟਵੇਅਰ ਹੋਣਗੇ ਤਾਂ ਸਾਡੇ ਕੋਲ ਪਹਿਲਾਂ ਕੀ ਹੈ ਸਿਰਫ ਡਾਟਾ ਹੋਊਗਾ ਡਾਟੇ ਤੋਂ ਅਸੀਂ ਕੀ ਕਰਦੇ ਹਾਂ ਕੋਈ ਨਾ ਕੋਈ ਕੀਵਰਡ ਵਰਡ ਜਿਹੜੇ ਉਹ ਤਿਆਰ ਕਰਦੇ ਹਾਂ ਸਾਡੇ ਕੋਲ ਰਾ ਮਟੀਰੀਅਲ ਰਾ ਮਟੀਰੀਅਲ ਤੋਂ ਸਾਡੇ ਕੋਲ ਮੰਨ ਲਓ ਇੱਕ ਪੈਰਾਗ੍ਰਾਫ ਹੈ ਜਿਹੜਾ ਉਹ ਤਿਆਰ ਹੁੰਦਾ ਪੈਰਾਗ੍ਰਾਫ ਤੋਂ ਅਸੀਂ ਕੀ ਤਿਆਰ ਕਰਦੇ ਹਾਂ ਇੱਕ ਪ੍ਰੋਗਰਾਮ ਹੈ ਜਿਹੜਾ ਉਹ ਤਿਆਰ ਕਰਦੇ ਹਾਂ ਜਿਵੇਂ ਆਪਾਂ ਕਹਿ ਦਈਏ ਇੰਗਲਿਸ਼ ਦੇ ਵਿੱਚ ਤੁਸੀਂ ਪੈਰਾਗ੍ਰਾਫ ਲਿਖਣਾ ਤਾਂ ਤੁਹਾਨੂੰ ਕੀ ਚਾਹੀਦਾ ਹੈ ਅਲਫਾਬੈਟ ਚਾਹੀਦੇ ਆ ਪਹਿਲਾਂ ਸਾਡੇ ਕੋਲ ਇੱਕ ਹੋਣਗੇ ਅਲਫਾਬੈਟ ਹੋਣਗੇ ਅਲਫਾਬੈਟ ਤੋਂ ਕੀ ਤਿਆਰ ਹੋਣਗੇ ਵਰਡ ਤਿਆਰ ਹੋਣਗੇ ਕਿਉਂਕਿ ਕਲੈਕਸ਼ਨ ਆਫ ਅਲਫਾਬੈਟ ਜੇ ਸਾਡੇ ਕੋਲ ਅਲਫਾਬੈਟ ਨੇ ਤਾਂ ਉਹਨਾਂ ਦੀ ਕਲੈਕਸ਼ਨ ਤੋਂ ਅਸੀਂ ਤਿਆਰ ਕਰਦੇ ਹਾਂ ਵਰਡ ਤਿਆਰ ਕਰਦੇ ਹਾਂ ਤਾਂ ਕਲੈਕਸ਼ਨ ਆਫ ਵਰਡ ਕੀ ਹੋ ਗਿਆ ਪੈਰਾਗ੍ਰਾਫ ਠੀਕ ਹੈ ਕਲੈਕਸ਼ਨ ਆਫ ਵਰਡ ਕੀ ਹੈ ਸਾਡੇ ਕੋਲ ਇੱਕ ਮੰਨ ਲਓ ਸੈਂਟੈਂਸ ਬਣ ਜੂਗਾ ਮੰਨ ਲਓ ਆਪਾਂ ਕਹਿੰਦਾ ਇਟ ਇਜ਼ ਅ ਬੋਏ ਤਾਂ ਸਾਡੇ ਕੋਲ ਕੀ ਸੀ ਅਲਫਾਬੈਟ ਸੀ ਅਲਫਾਬੈਟ ਤੋਂ ਬਣੇ ਵਰਡ ਬਣੇ ਵਰਡ ਕੀ ਬਣ ਗਿਆ ਬੋਏ ਠੀਕ ਹੈ ਉਸ ਤੋਂ ਬਾਅਦ ਕੀ ਬਣ ਗਿਆ ਕਲੈਕਸ਼ਨ ਆਫ ਜਦੋਂ ਵਰਡ ਅਸੀਂ ਇਕੱਠੇ ਕਰ ਲਏ ਤਾਂ ਕੀ ਬਣ ਗਿਆ ਸਾਡੇ ਕੋਲ ਇੱਕ ਸੈਂਟੈਂਸ ਬਣ ਗਿਆ ਤਾਂ ਕਲੈਕਸ਼ਨ ਆਫ ਸੈਂਟੈਂਸ ਜਦੋਂ ਅਸੀਂ ਬਹੁਤ ਸਾਰੇ ਸੈਂਟੈਂਸ ਇਕੱਠੇ ਕਰ ਲਏ ਤਾਂ ਉਹ ਕੀ ਬਣ ਗਿਆ ਸਾਡੇ ਕੋਲ ਪੈਰਾਗ੍ਰਾਫ ਇਸੇ ਤਰ੍ਹਾਂ ਹੀ ਲੈਂਗੁਏਜ ਦੇ ਵਿੱਚ ਹੁੰਦਾ ਹੈ ਕੋਈ ਵੀ ਲੈਂਗੁਏਜ ਅਸੀਂ ਤਿਆਰ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਹੁੰਦੇ ਨੇ ਸਾਡੇ ਕੋਲ ਅਲਫਾਬੈਟ ਹੁੰਦੇ ਨੇ ਕੀਵਰਡ ਹੁੰਦੇ ਨੇ ਸਪੈਸ਼ਲ ਸਿੰਬਲ ਹੁੰਦੇ ਨੇ ਉਹਨਾਂ ਤੋਂ ਅਸੀਂ ਕੋਈ ਨਾ ਕੋਈ ਸੈਂਟੈਂਸ ਹੈ ਜਿਹੜੇ ਉਹ ਤਿਆਰ ਕਰਦੇ ਹਾਂ ਉਹਨਾਂ ਸੈਂਟੈਂਸ ਜਦੋਂ ਅਸੀਂ ਇਕੱਠਾ ਕਰਦੇ ਹਾਂ ਤਾਂ ਸਾਡੇ ਕੋਲ ਕੀ ਬਣਦੇ ਆ ਪ੍ਰੋਗਰਾਮ ਬਣਦੇ ਆ ਸੈਂਟੈਂਸ ਦਾ ਮਤਲਬ ਉਹ ਕੀ ਆਊਗਾ ਤੁਹਾਡੇ ਕੋਲ ਲੈਂਗੁਏਜ ਤੁਸੀਂ ਕੋਡਿੰਗ ਕਰ ਰਹੇ ਹੋ ਜਦੋਂ ਤੁਹਾਡੇ ਕੋਲ ਕੋਡਿੰਗ ਇੱਕ ਕੋਡ ਤੋਂ ਬਾਅਦ ਦੂਸਰਾ ਕੋਡ ਤੀਸਰਾ ਕੋਡ ਇਸ ਤਰ੍ਹਾਂ ਇਕੱਠੇ ਕੋਡ ਹੈ ਜਿਹੜੇ ਮਿਲਣਗੇ ਤਾਂ ਸਾਡੇ ਕੋਲ ਕੀ ਬਣੂਗਾ ਇੱਕ ਪ੍ਰੋਗਰਾਮ ਹੈ ਜਿਹੜਾ ਉਹ ਤਿਆਰ ਹੋਊਗਾ ਤੇ ਜਦੋਂ ਅਸੀਂ ਬਹੁਤ ਸਾਰੇ ਪ੍ਰੋਗਰਾਮ
ਇੱਕ ਚੀਜ਼ ਦੇ ਲਈ ਡਿਵੈਲਪ ਕਰ ਦਿਆਂਗੇ ਤਾਂ ਉਹ ਕੀ ਬਣ ਜੂਗਾ ਸਾਡਾ ਇੱਕ ਸੌਫਟਵੇਅਰ ਬਣ ਜੂਗਾ ਤਾਂ ਉਹ ਸੌਫਟਵੇਅਰ ਕੀ ਹੈ ਕਲੈਕਸ਼ਨ ਆਫ ਪ੍ਰੋਗਰਾਮ ਵੀ ਪ੍ਰੋਗਰਾਮਾਂ ਦੀ ਕਲੈਕਸ਼ਨ ਨੂੰ ਕਹਿੰਦੇ ਅਸੀਂ ਸੌਫਟਵੇਅਰ ਕਹਿੰਦੇ ਆ ਇੱਕ ਕਾਲਜ ਹੈ ਕਾਲਜ ਦੇ ਵਿੱਚ ਤੁਹਾਡੇ ਕੋਲ ਅਲੱਗ-ਅਲੱਗ ਡਿਪਾਰਟਮੈਂਟ ਹੁੰਦੇ ਆ ਲਾਇਬ੍ਰੇਰੀ ਡਿਪਾਰਟਮੈਂਟ ਅਲੱਗ ਹੋਊਗਾ ਕੰਪਿਊਟਰ ਡਿਪਾਰਟਮੈਂਟ ਅਲੱਗ ਹੋਊਗਾ ਆਰਟਸ ਡਿਪਾਰਟਮੈਂਟ ਅਲੱਗ ਹੋਊਗਾ ਫੀਸ ਦਾ ਅਲੱਗ ਹੋਊਗਾ ਜਰਨਲ ਦਾ ਅਲੱਗ ਹੋਊਗਾ ਤਾਂ ਅਸੀਂ ਕਰਦੇ ਆ ਵੀ ਕਾਲਜ ਦਾ ਇੱਕ ਸੌਫਟਵੇਅਰ ਜੇ ਤਿਆਰ ਕਰਨਾ ਹੈ ਤਾਂ ਸਾਨੂੰ ਉਹਦੇ ਲਈ ਕਰਨਾ ਪਊਗਾ ਜਰਨਲ ਇਨਫੋਰਮੇਸ਼ਨ ਸਟੂਡੈਂਟ ਦੀ ਚਾਹੀਦੀ ਹੈ ਤੁਹਾਨੂੰ ਜਰਨਲ ਇਨਫੋਰਮੇਸ਼ਨ ਚਾਹੀਦੀ ਹੈ ਉਹਦੀ ਲਾਇਬ੍ਰੇਰੀ ਨਾਲ ਇਨਫੋਰਮੇਸ਼ਨ ਚਾਹੀਦੀ ਹੈ ਰਿਲੇਟਡ ਉਹਦੀ ਕਲਾਸ ਦੇ ਨਾਲ ਰਿਲੇਟਡ ਇਨਫੋਰਮੇਸ਼ਨ ਚਾਹੀਦੀ ਹੈ ਅਗਰ ਅਸੀਂ ਵਿਦਆਊਟ ਸੌਫਟਵੇਅਰ ਕੰਮ ਕਰਾਂਗੇ ਤਾਂ ਸਾਨੂੰ ਫਾਈਲਾਂ ਦੇ ਵਿੱਚੋਂ ਉਹਨਾਂ ਨੂੰ ਅਲੱਗ-ਅਲੱਗ ਸਰਚ ਕਰਨਾ ਪਊਗਾ ਅਸੀਂ ਅਲੱਗ-ਅਲੱਗ ਫਾਈਲਾਂ ਲਵਾਂਗੇ ਪਹਿਲਾਂ ਜਰਨਲਾਈਜ਼ ਕਰਾਂਗੇ ਫੀਸ ਵਾਲੀ ਲਵਾਂਗੇ ਵੀ ਫੀਸ ਉਹਨੇ ਭਰੀ ਹੈ ਕਿ ਨਹੀਂ ਭਰੀ ਕੀ ਉਹਦਾ ਨਾਮ ਹੈ ਕੀ ਪਿੰਡ ਹੈ ਕਿਹੜੇ ਸ਼ਹਿਰ ਦਾ ਹੈ ਕੀ ਉਹਦਾ ਬਦਲ ਨੇਮ ਹੈ ਸਾਡੇ ਕੋਲ ਉਹ ਡਿਟੇਲ ਆ ਸਾਨੂੰ ਅਲੱਗ-ਅਲੱਗ ਫਾਈਲਾਂ ਦੇ ਵਿੱਚੋਂ ਲੱਭਣੀ ਪਊ ਪਰ ਜਦੋਂ ਅਸੀਂ ਉਹਨਾਂ ਸਾਰੀਆਂ ਫਾਈਲਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠੀਆਂ ਕਰ ਦਿਆਂਗੇ ਇੱਕ ਡਾਟਾਬੇਸ ਦੇ ਵਿੱਚ ਇਕੱਠੀਆਂ ਕਰ ਲਾਂਗੇ ਤਾਂ ਉਹ ਕੀ ਬਣ ਜੂਗਾ ਸਾਡਾ ਸੌਫਟਵੇਅਰ ਬਣ ਜੂਗਾ ਕਿਸੇ ਬੱਚੇ ਦੀ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਮੰਨ ਲਓ ਅੱਜ ਤੋਂ 3 ਸਾਲਾਂ ਬਾਅਦ ਜਾਂ 4 ਸਾਲਾਂ ਬਾਅਦ ਕਿਸੇ ਬੱਚੇ ਦੀ ਸਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਅਸੀਂ ਉਹ ਇਨਫੋਰਮੇਸ਼ਨ ਦੇਖਣੀ ਹੋਵੇ ਤਾਂ ਅਸੀਂ ਸਰਚ ਕਰਕੇ ਇਨਫੋਰਮੇਸ਼ਨ ਦੇਖ ਸਕਦੇ ਹਾਂ ਪੁਰਾਣੇ ਸਮੇਂ ਵਿੱਚ ਕੀ ਸੀ ਸਾਡੇ ਕੋਲੇ ਫਾਈਲ ਸਿਸਟਮ ਹੁੰਦਾ ਸੀ ਫਾਈਲਾਂ ਦੇ ਵਿੱਚੋਂ ਡਾਟਾ ਗੁੰਮ ਹੋ ਜਾਂਦਾ ਸੀ ਪਤਾ ਨਹੀਂ ਸੀ ਲੱਗਦਾ ਤਾਂ ਉਹਨਾਂ ਚੀਜ਼ਾਂ ਨੂੰ ਰਿਮੂਵ ਕਰਨ ਦੇ ਲਈ ਅਸੀਂ ਕੀਤੇ ਸੌਫਟਵੇਅਰ ਜਿਹੜੇ ਉਹ ਬੰਦੇ ਤਿਆਰ ਹੋਏ ਤਾਂ ਸੌਫਟਵੇਅਰ ਇੱਕ ਸਿਸਟਮ ਹੈ ਵੀ ਇੱਕ ਸਿਸਟਮ ਦੇ ਵਿੱਚ ਸਾਨੂੰ ਚੱਲਣਾ ਪਊਗਾ ਇਹ ਨਹੀਂ ਹੈਗਾ ਵੀ ਅਸੀਂ ਕੋਈ ਚੀਜ਼ ਪਹਿਲਾਂ ਕਰ ਲਾਂਗੇ ਹੁਣ ਮੰਨ ਲਓ ਇੱਕ ਬੰਦਾ ਘਰ ਬਣਾਉਂਦਾ ਉਹਨੂੰ ਘਰ ਬਣਾਉਣ ਦੇ ਲਈ ਕਰਨਾ ਪੈਂਦਾ ਸਭ ਤੋਂ ਪਹਿਲਾਂ ਉਹਨੇ ਆਪਣੀਆਂ ਰਿਕੁਆਇਰਮੈਂਟ ਜਿਹੜੀਆਂ ਉਹ ਇਕੱਠੀਆਂ ਕਰਨੀਆਂ ਨੇ ਕੀ ਰਿਕੁਆਇਰਮੈਂਟ ਹੋਣੀਆਂ ਉਹਨੂੰ ਜਗ੍ਹਾ ਚਾਹੀਦੀ ਹੈ ਕਿੰਨਾ ਏਰੀਆ ਹੋਣਾ ਚਾਹੀਦਾ ਉਹਦਾ ਕਿੱਥੇ ਉਹਨੇ ਕਿਹੜੀ ਚੀਜ਼ ਹੈ ਜਿਹੜੀ ਉਹ ਬਣਾਉਣੀ ਹੈ ਉਹ ਸਾਰੀ ਚੀਜ਼ ਕੀ ਹੈ ਇਨਫੋਰਮੇਸ਼ਨ ਆ ਉਹਦੇ ਲਈ ਸਾਨੂੰ ਬੰਦੇ ਵੀ ਚਾਹੀਦੇ ਦਿਹਾੜੀ ਵਾਲੇ ਚਾਹੀਦੇ ਆ ਮਿਸਤਰੀ ਚਾਹੀਦੇ ਆ ਇੰਪਲਾਈ ਜਿਹੜੇ ਉਹ ਲੇਬਰ ਹੈ ਜਿਹੜੀ ਉਹ ਇਕੱਠੀ ਕਰੂਗਾ ਮੈਨੂੰ ਇੰਨੀ ਲੇਬਰ ਦੀ ਲੋੜ ਹੈ ਤਾਂ ਉਹ ਸਾਰੀਆਂ ਇੱਕ ਰਿਕੁਆਇਰਮੈਂਟ ਫਿਰ ਉਹਨਾਂ ਰਿਕੁਆਇਰਮੈਂਟ ਨੂੰ ਇਕੱਠਾ ਕਰਕੇ ਅਸੀਂ ਕੋਈ ਚੀਜ਼ ਹੈ ਜਿਹੜੀ ਉਹ ਤਿਆਰ ਕਰਾਂਗੇ ਇਹ ਨਹੀਂ ਹੈਗਾ ਕਿ ਅਸੀਂ ਪਹਿਲਾਂ ਮਿਸਤਰੀ ਨੂੰ ਪੁੱਛ ਲਿਆ ਸਾਡੇ ਕੋਲ ਜਗ੍ਹਾ ਹੈ ਨਹੀਂ ਬਣਾਉਣ ਦੇ ਲਈ ਤਾਂ ਸਾਨੂੰ ਪਹਿਲਾਂ ਕਰਨਾ ਪਊਗਾ ਜਗ੍ਹਾ ਦੇਖੀ ਪਊ ਅਸੀਂ ਕਿੱਥੇ ਕੀ ਚੀਜ਼ ਬਣਾਉਣੀ ਹੈ ਸਾਨੂੰ ਉਹਦਾ ਇੱਕ ਨਕਸ਼ਾ ਜਿਹੜਾ ਉਹ ਤਿਆਰ ਕਰਨਾ ਪਊਗਾ ਤਾਂ ਇਸੇ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਟਾਈਮ ਟੇਬਲ ਆ ਟਾਈਮ ਟੇਬਲ ਕੀ ਇੱਕ ਸਿਸਟਮੈਟਿਕ ਵੇ ਹੁੰਦਾ ਤੁਸੀਂ ਕਲਾਸ ਲੱਗੀ ਤੁਹਾਡੀ 9 ਵਜੇ ਮੰਨ ਲਓ ਕਾਲਜ ਲੱਗਦਾ 9:10 ਤੇ ਤੁਹਾਡਾ ਪਹਿਲਾ ਲੈਕਚਰ ਸਟਾਰਟ ਹੁੰਦਾ 9:30 ਤੇ ਤੁਹਾਡਾ ਦੂਸਰਾ ਲੈਕਚਰ ਹੈ ਫਿਰ 45 ਤੇ ਤੀਸਰਾ ਇਸ ਤਰ੍ਹਾਂ ਤੁਹਾਨੂੰ ਲੈਕਚਰ ਹੈ ਜਿਹੜੇ 40-40 ਮਿੰਟ ਦੇ 30-30 ਮਿੰਟ ਦੇ ਡਿਵਾਈਡ ਕੀਤੇ ਹੋਏ ਆ ਅਗਰ ਟਾਈਮ ਟੇਬਲ ਨਾ ਬਣਿਆ ਹੋਵੇ ਤਾਂ ਪਹਿਲੀ ਗੱਲ ਤਾਂ ਸਟੂਡੈਂਟ ਨੂੰ ਪਤਾ ਲੱਗੇਗਾ ਕਿ ਉਹਦੀ ਕਿਹੜੀ ਕਲਾਸ ਵਿੱਚ ਕਿਹੜਾ ਲੈਕਚਰ ਹੈ ਜਾਂ ਕਿਸ ਸਮੇਂ ਦੇ ਉੱਤੇ ਲੱਗਣਾ ਨਾ ਹੀ ਉਹ ਟੀਚਰ ਨੂੰ ਪਤਾ ਹੋਏਗਾ ਮੰਨ ਲਓ ਇੱਕ ਟੀਚਰ ਪੜ੍ਹਾ ਰਿਹਾ ਤਾਂ ਦੂਸਰਾ ਟੀਚਰ ਕਹੂਗਾ ਮੇਰਾ ਟਾਈਮ ਹੀ ਹੈ ਤਾਂ ਉਸ ਚੀਜ਼ ਨੂੰ ਕੀ ਹੈ ਤਾਂ ਸਿਸਟਮ ਹੈ ਜਿਹੜਾ ਉਹ ਬਣਾਉਣਾ ਪਊਗਾ ਤਾਂ ਸਿਸਟਮੈਟਿਕ ਚੀਜ਼ ਤਿਆਰ ਕਰਨ ਦੀ ਸਾਨੂੰ ਕੀ ਹੈ ਟਾਈਮ ਟੇਬਲ ਟਾਈਮ ਟੇਬਲ ਕੀ ਇੱਕ ਸਿਸਟਮੈਟਿਕ ਵੇ ਹੈ ਤਾਂ ਇਸੇ ਤਰ੍ਹਾਂ ਸੌਫਟਵੇਅਰ ਵੀ ਹੈ ਹੁਣ ਉਹ ਸਿਸਟਮੈਟਿਕ ਵੇ ਕੀ ਬਣ ਗਿਆ ਤੁਹਾਡਾ ਟਾਈਮ ਟੇਬਲ ਬਣ ਗਿਆ ਇੱਕ ਪ੍ਰੋਗਰਾਮ ਬਣ ਗਿਆ ਤੁਹਾਡਾ ਇੱਕ ਬਣ ਗਿਆ ਪ੍ਰੋਗਰਾਮ ਪਰ ਜਦੋਂ ਤੁਸੀਂ ਉਸ ਤਰ੍ਹਾਂ ਦੇ 4-5 ਪ੍ਰੋਗਰਾਮ ਇਕੱਠੇ ਕਰ ਲਓਗੇ ਤਾਂ ਉਹ ਬਣ ਜੂਗਾ ਇੱਕ ਸੌਫਟਵੇਅਰ ਤਾਂ ਸਿਸਟਮੈਟਿਕ ਡਿਸਪਲਿਨ ਤੇ ਕਾਸਟ ਇਫੈਕਟਿਵ ਵੀ ਉਹਦੇ ਜਿਹੜਾ ਸੌਫਟਵੇਅਰ ਬਣੂਗਾ ਉਹਦੀ ਕਾਸਟ ਹੈ ਜਿਹੜੀ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਉਹਦੇ ਜ਼ਿਆਦਾ ਕਾਸਟ ਨਾ ਹੋਵੇ ਇਹ ਨਾ ਹੋਵੇ ਕਾਸਟ ਜ਼ਿਆਦਾ ਹੋਵੇ ਤੇ ਉਨੀ ਸਾਨੂੰ ਇਨਕਮੈਂਟ ਜਿਹੜੀ ਉਸ ਦੇ ਵਿੱਚੋਂ ਨਾ ਹੋਵੇ ਤਾਂ ਸਾਡੇ ਕੋਲ ਇੱਕ ਡਿਸਪਲਿਨ ਕਾਸਟ ਇਫੈਕਟਿਵ ਟੈਕਨੀਕ ਫੋਰ ਸੌਫਟਵੇਅਰ ਡਿਵੈਲਪਮੈਂਟ ਵੀ ਇਹ ਕੀ ਹੈ ਕਿ ਸੌਫਟਵੇਅਰ ਇੰਜੀਨੀਅਰਿੰਗ ਸੌਫਟਵੇਅਰ ਇੰਜੀਨੀਅਰਿੰਗ ਕੁਛ ਨਹੀਂ ਸਿਰਫ ਕੀ ਹੈ ਇੱਕ ਸਿਸਟਮੈਟਿਕ ਵੇ ਹੈ ਕਿਸੇ ਸੌਫਟਵੇਅਰ ਨੂੰ ਤਿਆਰ ਕਰਨ ਦੇ ਲਈ ਡਿਵੈਲਪ ਕਰਨ ਦੇ ਲਈ ਸੈਕਿੰਡ ਇੰਜੀਨੀਅਰਿੰਗ ਅਪਰੋਚ ਟੂ ਡਿਵੈਲਪ ਸੌਫਟਵੇਅਰ ਹੁਣ ਆਪਾਂ ਇਹ ਨਹੀਂ ਕਹਤਾ ਵੀ ਆਪਾਂ ਕਹਦੇ ਕੋਈ ਮਕੈਨੀਕਲ ਇੰਜੀਨੀਅਰਿੰਗ ਹੈ ਵੀ ਉਹ ਕੀ ਹੈ ਇੰਜੀਨੀਅਰ ਇੰਜੀਨੀਅਰ ਕੋਈ ਵਰਡ ਨਹੀਂ ਹੈ ਇੰਜੀਨੀਅਰ ਦਾ ਮਤਲਬ ਸਿਰਫ ਕੀ ਹੈ ਸਟੈਪ ਬਾਈ ਸਟੈਪ ਕਿਸੇ ਚੀਜ਼ ਨੂੰ ਸਟੈਪ ਬਾਈ ਸਟੈਪ ਫੋਲੋ ਕਰਕੇ ਕੋਈ ਅਪਰੋਚ ਹੈ ਜਿਹੜੀ ਉਹਨੂੰ ਤਿਆਰ ਕਰਨਾ ਸਿਸਟਮੈਟਿਕ ਵੇ ਦੇ ਨਾਲ ਤਿਆਰ ਕਰਨਾ ਉਹ ਕੀ ਹੈ ਤੁਹਾਡੀ ਸੌਫਟਵੇਅਰ ਵੀ ਉਸ ਸੌਫਟਵੇਅਰ ਨੂੰ ਅਸੀਂ ਡਿਵੈਲਪ ਕਰਨਾ ਤਾਂ ਇੰਜੀਨੀਅਰਿੰਗ ਅਪਰੋਚ ਟੂ ਡਿਵੈਲਪ ਆ ਸੌਫਟਵੇਅਰ ਵੀ ਉਹਨੂੰ ਉਹਦੇ ਲਈ ਸਾਨੂੰ ਕੀ ਕਰਨਾ ਪਊਗਾ ਇੰਜੀਨੀਅਰਿੰਗ ਅਪਰੋਚ ਹੈ ਜਿਹੜੀ ਉਹ ਤਿਆਰ ਕਰਨੀ ਪੈਣੀ ਆ ਇਹ ਨਹੀਂ ਹੈਗਾ ਵੀ ਕੋਈ ਇੰਜੀਨੀਅਰ ਹੈ ਸਿਰਫ ਉਹੀ ਸੌਫਟਵੇਅਰ ਨੂੰ ਤਿਆਰ ਕਰ ਸਕਦਾ ਜਦੋਂ ਤੁਹਾਨੂੰ ਉਹਦੀ ਕੋਡਿੰਗ ਤੁਹਾਨੂੰ ਉਹਦੇ ਬਾਰੇ ਪਤਾ ਲੱਗ ਗਿਆ ਕਿ ਅਸੀਂ ਸੌਫਟਵੇਅਰ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਉਹਦੀ ਪ੍ਰੋਗਰਾਮਿੰਗ ਕਰ ਸਕਦੇ ਹਾਂ ਤਾਂ ਤੁਸੀਂ ਕੀ ਬਣ ਲਓਗੇ ਇੱਕ ਇੰਜੀਨੀਅਰ ਬਣ ਲਓਗੇ ਇੰਜੀਨੀਅਰ ਕੀ ਹੈ ਸਟੈਪ ਬਾਈ ਸਟੈਪ ਕਿਸੇ ਅਪਰੋਚ ਨੂੰ ਫੋਲੋ ਕਰਨਾ ਤਾਂ ਹੁਣ ਇਸ ਸੌਫਟਵੇਅਰ ਇੰਜੀਨੀਅਰਿੰਗ ਦੀ ਇਵੈਲੂਏਸ਼ਨ ਕੀ ਹੋਈ 1945 ਤੋਂ ਲੈ ਕੇ 1965 ਤੱਕ ਇਹਦਾ ਓਰੀਜਨ ਹੋਇਆ ਓਰੀਜਨ ਕੁਛ ਨਹੀਂ ਓਰੀਜਨ ਦੇ ਵਿੱਚ ਕੀ ਸੀਗਾ ਕਿ 1945 ਤੋਂ ਲੈ ਕੇ 65 ਦੇ ਵਿੱਚ
ਨਾਸਾ ਨੇ ਇਹਨੂੰ ਪਹਿਲਾਂ ਡਿਵੈਲਪ ਕਰਨ ਦੀ ਫਸਟ ਜਿਹੜਾ ਨਾਮ ਸੀਗਾ ਸੌਫਟਵੇਅਰ ਇੰਜਨ ਦਾ ਉਹ ਨਾਸਾ ਨੇ ਦਿੱਤਾ ਸੀ 1965 ਤੋਂ 1945 ਦੇ ਓਰੀਜਨ ਦੇ ਵਿੱਚ 45 ਤੋਂ 45 ਦੇ ਓਰੀਜਨ ਦੇ ਤਾਂ ਉਹਦੇ ਵਿੱਚ ਕੀ ਸੀਗਾ ਓਰੀਜਨ ਦੇ ਵਿੱਚ ਚੀਜ਼ਾਂ ਇਫੈਕਟਿਵ ਸੀ ਕਿ ਨਹੀਂ ਇਫੈਕਟਿਵ ਸੀ ਜਾਂ ਚੱਲਦੀਆਂ ਨਹੀਂ ਸੀ ਸੌਫਟਵੇਅਰ ਤਾਂ ਉਹ ਸਿਰਫ ਉਹਦੇ ਨਾਲ ਇੱਕ ਜਾਣ ਪਛਾਣ ਕਿਸ ਤਰ੍ਹਾਂ ਅਸੀਂ ਸੌਫਟਵੇਅਰ ਤਿਆਰ ਕਰ ਸਕਦੇ ਹਾਂ ਜਿਹੜੀ ਵੀ ਕੋਈ ਆਈਐਮ ਹੋ ਗਈ ਜਾਂ ਕੋਈ ਨਾਸਾ ਵਾਲੇ ਹੋ ਗਏ ਹੋਰ ਹੋ ਗਏ ਉਹ ਸਾਰੇ ਕਰ ਰਹੇ ਸੀ ਉਹਨਾਂ ਨੂੰ ਸਿਰਫ ਇੱਕ ਵਾਰੀ ਆਪਣੀ ਪ੍ਰੈਕਟਿਸ ਹੈ ਜਿਹੜੀ ਉਹ ਕਰਕੇ ਦੇਖ ਰਹੇ ਸੀ ਫਿਰ 1965 ਤੋਂ ਲੈ ਕੇ 85 ਦੇ ਵਿਚਕਾਰ ਕੀ ਆਈ ਕ੍ਰਾਈਸਿਸ ਕ੍ਰਾਈਸਿਸ ਦਾ ਮਤਲਬ ਕੀ ਹੈ ਵੀ 1965 ਤੋਂ ਲੈ ਕੇ 85 ਦੇ ਵਿਚਕਾਰ ਕੀ ਹੋਇਆ ਕ੍ਰਾਈਸਿਸ ਦਾ ਮਾਹੌਲ ਹੋਇਆ ਕ੍ਰਾਈਸਿਸ ਦਾ ਮਤਲਬ ਕੀ ਹੈ ਵੀ ਮੰਨ ਲਓ 100 ਸਾਡੇ ਕੋਲ ਸੌਫਟਵੇਅਰ ਹੈ ਜਿਹੜਾ ਉਹ ਤਿਆਰ ਹੋ ਗਿਆ ਅਲੱਗ ਅਲੱਗ ਕੰਪਨੀਆਂ ਨੇ ਕੀਤਾ ਮੰਨ ਲਓ ਮੈਂ ਕਹਾਂ ਮੈਨੂੰ ਕੋਡਿੰਗ ਆਉਂਦੀ ਹੈ ਮੈਂ ਕਰਨਾ ਇੱਕ ਸੌਫਟਵੇਅਰ ਤਿਆਰ ਕਰਨਾ ਜਲਦੀ ਜਲਦੀ ਠੀਕ ਹੈ ਮੈਂ ਕੀਤਾ 10 ਸੌਫਟਵੇਅਰ ਮੈਂ ਤਿਆਰ ਕਰਕੇ ਦੂਸਰੇ ਬੰਦੇ ਨੇ 10 ਨੂੰ ਤਿਆਰ ਕਰਕੇ ਇਸ ਤਰ੍ਹਾਂ ਮੰਨ ਲਓ 100 ਸੌਫਟਵੇਅਰ ਹੈ ਜਿਹੜਾ ਉਹ ਤਿਆਰ ਹੋ ਪਰ ਐਕਚੁਅਲ ਦੇ ਵਿੱਚ ਜਿਹੜੇ ਪ੍ਰੋਸੈਸ ਦੇ ਵਿੱਚ ਸੀ ਜਾਂ ਆਪਾਂ ਕਹਿ ਦਈਏ ਸਹੀ ਤਰੀਕੇ ਦੇ ਨਾਲ ਉਹ ਸੌਫਟਵੇਅਰ ਚੱਲ ਰਹੇ ਸੀ ਉਹ ਸਿਰਫ ਕੀ ਮੰਨ ਲਓ 2 ਸੀ ਉਹਨਾਂ ਚੋਂ 50 ਐਸੀ ਸੀ ਜਿਨ੍ਹਾਂ ਦੇ ਬਾਰੇ ਆਪਾਂ ਕੁਝ ਕਹਿ ਹੀ ਨਹੀਂ ਸਕਦੇ ਵੀ ਉਹ ਚੱਲਣਗੇ ਜਾਂ ਉਹਦੀ ਸਹੀ ਕੋਡਿੰਗ ਹੋਈ ਹੈ ਜਾਂ ਨਹੀਂ ਹੋਈ ਜਿਹੜੇ ਬਾਕੀ ਦੇ ਰਹਿ ਗਏ 48 ਤਾਂ ਉਹਨਾਂ ਦਾ ਕੀ ਬਣਿਆ ਉਹ 48 ਕੀ ਸੀਗੇ ਖਤਮ ਹੋ ਗਏ ਕ੍ਰਾਈਸਿਸ ਹੋ ਗਏ ਵੀ ਮੰਨ ਲਓ 100 ਸੌਫਟਵੇਅਰ ਮਾਰਕੀਟ ਦੇ ਵਿੱਚ ਆਇਆ 100 ਦੇ ਵਿੱਚੋਂ ਸਿਰਫ 2 ਸੌਫਟਵੇਅਰ ਸੀ ਜਿਹੜੇ ਉਹ ਐਕਚੁਅਲ ਦੇ ਵਿੱਚ ਵਰਕ ਕਰ ਰਹੇ ਸੀ ਬਾਕੀ ਦੇ ਜਿਹੜੇ ਸੌਫਟਵੇਅਰ ਆ ਉਹ ਨਹੀਂ ਵਰਕ ਕਰ ਰਹੇ ਸੀ ਤਾਂ ਉਹ ਕੀ ਸੀਗਾ ਕ੍ਰਾਈਸਿਸ ਦਾ ਟਾਈਮ ਸੀ ਵੀ 55 ਤੋਂ ਲੈ ਕੇ 85 ਦੇ ਵਿਚਕਾਰ ਸੌਫਟਵੇਅਰ ਤਾਂ ਬਹੁਤ ਤਿਆਰ ਹੋਏ ਪਰ ਉਹਨਾਂ ਦੇ ਵਿੱਚੋਂ ਕਿੰਨੇ ਸੌਫਟਵੇਅਰ ਐਕਚੁਅਲ ਦੇ ਵਿੱਚ ਰਨ ਹੋਏ ਫਿਰ ਕੀ ਹੈ 1990 ਤੋਂ 2000 ਦੇ ਵਿਚਕਾਰ ਕੀ ਆਇਆ ਸਾਡੇ ਕੋਲ ਇੰਟਰਨੈਟ ਇਹ ਇੰਟਰਨੈਟ ਦੇ ਥਰੂ ਅਸੀਂ ਨਵੀਆਂ ਚੀਜ਼ਾਂ ਨਵੀਆਂ ਖੋਜਾਂ ਨਵੇਂ ਸੌਫਟਵੇਅਰ ਜਿਹੜੇ ਅਸੀਂ ਉਹ ਡਿਵੈਲਪ ਕਰਨ ਲੱਗੇ ਇੰਟਰਨੈਟ ਦੇ ਵਿੱਚ ਕੀ ਸੀਗਾ ਵੀ ਹਰ ਇੱਕ ਬੰਦੇ ਹੁਣ ਕੀ ਸੌਫਟਵੇਅਰ ਇੰਨੇ ਪਏ ਆ ਕਿ ਕਿਸੇ ਵੀ ਬੰਦੇ ਦੇ ਕੰਮ ਜਿਹੜੇ ਆ ਸਕਦੇ ਆ ਉਹਦੇ ਉੱਤੇ ਅਲੱਗ ਅਲੱਗ ਤਰ੍ਹਾਂ ਦਾ ਕੰਮ ਆ ਜਿਹੜਾ ਉਹ ਚੱਲ ਰਿਹਾ ਹੈ ਕਿ ਅਸੀਂ ਰਿਸਰਚ ਕਰ ਰਹੇ ਹਾਂ ਸੌਫਟਵੇਅਰ ਕਈ ਚੀਜ਼ਾਂ ਕੀ ਬਣਾ ਕੇ ਛੱਡ ਦਿੱਤੀਆਂ ਉਹਨਾਂ ਨੂੰ ਧੁਰ ਪ੍ਰੋਸੈਸ ਤੱਕ ਨਹੀਂ ਲਿਆ ਗਿਆ ਤਾਂ ਕਿ ਉਹਦੇ ਉੱਤੇ ਕਿਹੜਾ ਮਰਜ਼ੀ ਬੰਦਾ ਆਪਣੀ ਰਿਸਰਚ ਕਰਕੇ ਦੇਖ ਸਕਦਾ ਹੈ ਉਹਦੇ ਉੱਤੇ ਖੋਜ ਕਰਕੇ ਦੇਖ ਸਕਦਾ ਹੈ ਕਿ ਇਸ ਤਰ੍ਹਾਂ ਚੀਜ਼ ਜਿਹੜੀ ਉਹ ਡਿਵੈਲਪ ਹੋ ਸਕਦੀ ਹੈ ਫਿਰ 2000 ਤੋਂ 2010 ਦੇ ਵਿਚਕਾਰ ਲਾਈਟ ਵੇਟ ਸੌਫਟਵੇਅਰ ਹੈ ਜਿਹੜੇ ਅਸੀਂ ਅੱਜ ਕੱਲ੍ਹ ਮੋਬਾਈਲ ਦੇ ਲਈ ਵਰਤਦੇ ਹਾਂ ਠੀਕ ਹੈ ਤਾਂ ਕਿ ਉਹਨਾਂ ਦਾ ਵੇਟ ਕੀ ਹੋਵੇ ਲਾਈਟ ਹੋਵੇ ਜ਼ਿਆਦਾ ਹੈਵੀ ਜਿਹੜੇ ਉਹ ਨਾ ਤਾਂ ਲਾਈਟ ਵੇਟ ਸੌਫਟਵੇਅਰ ਜਿਹੜੇ 2000 ਤੋਂ 2010 ਦੇ ਵਿਚਕਾਰ ਤੁਹਾਡੇ ਕੋਲ ਆਏ ਹੁਣ 2010 ਤੋਂ ਹੁਣ ਕਿਆ ਜਿਹੜਾ ਇਸ ਟਾਈਮ ਖੋਜ ਹੋ ਰਹੀ ਹੈ ਉਹ ਕੀ ਹੋ ਰਿਹਾ AI ਦੇ ਉੱਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ ML ਮਸ਼ੀਨ ਲਰਨਿੰਗ ਤੇ DL ਡੀਪ ਲਰਨਿੰਗ ਸਭ ਤੋਂ ਪਹਿਲਾਂ ਕੀ ਆਈ ਸਾਡੇ ਕੋਲ AI ਤੋਂ ਬਾਅਦ ਕੀ ਆਈ ਮਸ਼ੀਨ ਲਰਨਿੰਗ ਤੋਂ ਹੁਣ ਕੀ ਚੱਲ ਰਹੀ ਹੈ ਸਾਡੇ ਕੋਲ ਡੀਪ ਲਰਨਿੰਗ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸੀ ਕੀ ਕਹਿੰਦੀ ਆ ਕਿ ਹਿਊਮਨ ਦੀ ਤਰ੍ਹਾਂ ਕਿਸੇ ਸੌਫਟਵੇਅਰ ਤੋਂ ਕੰਮ ਕਰਨਾ ਵੀ ਐਜ਼ ਆ ਹਿਊਮਨ ਸਿੱਖਣਾ ਆਪਾਂ ਕਹਿੰਦੇ ਕਿਸੇ ਸੌਫਟਵੇਅਰ ਕੀ ਹੈ ਤੁਸੀਂ ਕੋਈ ਚੀਜ਼ ਬਣਾਤੀ ਕੋਈ ਮੰਨ ਲਓ ਬੱਚਾ ਹੈ ਇੱਕ ਬੱਚਾ ਜਦੋਂ ਜਨਮ ਲੈਂਦਾ ਤਾਂ ਉਹਨੂੰ ਕੁਛ ਨਹੀਂ ਪਤਾ ਹੁੰਦਾ ਉਹ ਕੀ ਸਿੱਖਦਾ ਆਪਣੇ ਪੇਰੈਂਟਸ ਤੋਂ ਆਪਣੇ ਆਲੇ ਦੁਆਲੇ ਦੇ ਇਨਵਾਇਰਮੈਂਟ ਜਿਹੋ ਜਿਹਾ ਉਹਨੂੰ ਇਨਵਾਇਰਮੈਂਟ ਮਿਲੇਗਾ ਉਹ ਬੱਚਾ ਉਹੀਆਂ ਚੀਜ਼ਾਂ ਸਿੱਖ ਕੇ ਵੱਡਾ ਹੋਊਗਾ ਜੇ ਆਪਾਂ ਕਹਿੰਦੇ ਕਿਸੇ ਫੋਰਨ ਕੰਟਰੀ ਦਾ ਬੱਚਾ ਹੈ ਤਾਂ ਉਹ ਕੀ ਬੋਲਦਾ ਸਟਾਰਟਿੰਗ ਦੇ ਵਿੱਚ ਇੰਗਲਿਸ਼ ਬੋਲਦਾ ਜੇ ਕੋਈ ਪੰਜਾਬ ਵਿੱਚ ਹੈ ਤਾਂ ਕੀ ਬੋਲੇਗਾ ਸਟਾਰਟਿੰਗ ਦੇ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਬੋਲੇਗਾ ਤਾਂ ਉਹ ਕੀ ਹੈ ਵੀ ਉਹਨੂੰ ਜਿਹੋ ਜਿਹਾ ਇਨਵਾਇਰਮੈਂਟ ਮਿਲੂ ਉਹਨੇ ਉਸ ਤਰੀਕੇ ਦੇ ਨਾਲ ਸਿੱਖਣਾ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸੀ ਕਹਿੰਦੀ ਹੈ ਵੀ ਸੌਫਟਵੇਅਰ ਹੈ ਜਿਹੜਾ ਉਹ ਹਿਊਮਨ ਦੀ ਤਰ੍ਹਾਂ ਵਰਕ ਕਰੇ ਹਿਊਮਨ ਦੀ ਤਰ੍ਹਾਂ ਕੰਮ ਕਰੇ ਵੀ ਮਸ਼ੀਨ ਹੈ ਜਿਹੜੀ ਉਹ ਕੀ ਕਰੇ ਹਿਊਮਨ ਦੀ ਤਰ੍ਹਾਂ ਵਰਕ ਕਰੇ ਜੇ ਹਿਊਮਨ ਚੱਲਦਾ ਜਿਸ ਤਰ੍ਹਾਂ ਉਹ ਘਰ ਦੇ ਕੰਮ ਕਰਦਾ ਜਿਵੇਂ ਆਪਾਂ ਕਹਿੰਦੇ ਰੋਬਟ ਕੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸੀ ਹੈ ਤਾਂ ਉਹ ਕੀ ਹੈ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੀਆਂ ਉਹਨਾਂ ਨੂੰ ਡਿਵੈਲਪ ਕਰਕੇ ਇਸ ਤਰ੍ਹਾਂ ਮਸ਼ੀਨ ਕੀ ਹੈ ਮਸ਼ੀਨ ਲਰਨਿੰਗ ਦਾ ਮਤਲਬ ਹੈ ਮਸ਼ੀਨ ਕੋਈ ਚੀਜ਼ ਲਰਨ ਕਰ ਰਹੀ ਹੈ ਸਿੱਖ ਰਹੀ ਹੈ ਉਹ ਸਿੱਖ ਕੇ ਆਪਣਾ ਕੰਮ ਹੈ ਜਿਹੜਾ ਉਹ ਪਰਫਾਰਮ ਕਰੇ ਉਹਦੇ ਵਿੱਚੋਂ ਕੀ ਹੋ ਗਿਆ ਕਿ ਯੂਜਰ ਦੀ ਇੰਟਰੈਕਸ਼ਨ ਹੈ ਜਿਹੜੀ ਉਹਨੂੰ ਕੀ ਕੀਤਾ ਜਾ ਰਿਹਾ ਘੱਟ ਕੀਤਾ ਜਾ ਰਿਹਾ ਹੁਣ ਕੀ ਹੈ ਕੰਪਿਊਟਰ ਨੂੰ ਜੋ ਕਮਾਂਡ ਯੂਜਰ ਦੇਊਗਾ ਉਹਨੇ ਉਹੀ ਕੰਮ ਹੈ ਜਿਹੜਾ ਉਹ ਪਰਫਾਰਮ ਕਰਨਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਕੀ ਕੰਮ ਹੋ ਜਾ ਰਿਹਾ ਕਿ ਯੂਜਰ ਨੂੰ ਦੀ ਜਿਹੜੀ ਰਿਕੁਆਇਰਮੈਂਟ ਹੈ ਉਹਨੂੰ ਘੱਟ ਕੀਤਾ ਜਾਵੇ ਯੂਜਰ ਦੀ ਇੰਟਰੈਕਸ਼ਨ ਜਿਹੜੀ ਉਹਨੂੰ ਘਟਾ ਕੇ ਮਸ਼ੀਨ ਆਪਣੇ ਆਪ ਕੋਈ ਚੀਜ਼ਾਂ ਜਿਹੜੀਆਂ ਉਹ ਸਿੱਖਿਆ ਆਪਣੇ ਆਪ ਕੰਮ ਹੈ ਜਿਹੜਾ ਉਹ ਪਰਫਾਰਮ ਕਰੇ ਤਾਂ ਉਸ ਤੋਂ ਬਾਅਦ ਕੀ ਹੈ ਸਾਡੇ ਕੋਲ ਨੈਕਸਟ ਅੱਜ ਆਪਾਂ ਸੌਫਟਵੇਅਰ ਇੰਜੀਨੀਅਰਿੰਗ ਦੀ ਜਿਹੜਾ ਸਿਲੇਬਸ ਹੈ ਉਹਦੇ ਅਕੋਰਡਿੰਗਲੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਕਿਸ ਤਰ੍ਹਾਂ ਉਹਦੀ ਜਾਣ ਪਛਾਣ ਹੈ ਜਿਹੜੀ ਉਹ ਕਰਾਂਗੇ ਕਿਸ ਤਰ੍ਹਾਂ ਚੀਜ਼ ਹੁੰਦੀ ਹੈ ਪਹਿਲਾਂ ਕੀ ਹੈ ਸਾਡੇ ਕੋਲ ਇੰਟਰੋਡਕਸ਼ਨ ਪਾਰਟ ਹੈ
फिर सॉफ्टवेयर डेवलपमेंट लाइफ साइकिल। इंट्रोडक्शन पार्ट में तुम्हें पहले दस दिता कि इंट्रोडक्शन किसी भी सॉफ्टवेयर इंजीनियरिंग की चीज है, किस तरह बनी सॉफ्टवेयर इंजीनियरिंग की है, भी स्टेप बाय स्टेप किसी चीज को फॉलो करना। दूसरा क्या सॉफ्टवेयर डेवलपमेंट लाइफ साइकिल, लाइफ साइकिल की है कि सॉफ्टवेयर का स्टार्टिंग तो लेके एंड तक की लाइफ साइकिल। एक मार्केट के विच सॉफ्टवेयर आया, उन्हें किता किसी चीज को डेवलप किया गया, तैयार किया। मान लो आप ले लीजिए कार, कार को मैन्युफैक्चर किया गया, वो कार कदों तो लैके किन्ने समय तक उन्हें मैन्युफैक्चर किया गया, उन्हें किया मार्केट के विच प्लेस करता। मान लो एक साल कार तैयार होते लग गया, उन्हें मार्केट के विच प्लेस करता। हुण मार्केट के विच वो कार किन्ना चिर रही, भी उन्होंने अपना काम किन्ना चिर है जो किया, कदों उसकी मार्केट वैल्यू जी डाउन हो गई, वो की उसका लाइफ साइकिल भी किन्ना टाइम। इस तरह सॉफ्टवेयर के जो सॉफ्टवेयर मार्केट के विच आ गया, किन्ना टाइम वो मार्केट के विच रहता है, तो कदों उसकी मार्केट वैल्यू जी डाउन हो जाती है। फिर की रिक्वायरमेंट एनालिसिस। हुण लाइफ साइकिल के विच की आउंदे ने साडे कोले मॉडल आउंदे ने, पहला हैगा वाटरफॉल मॉडल। वाटरफॉल मॉडल कहिंदा एक झरने की तरह होंदा, जिवें आपां झरने तों कहदे पानी थल्ले नूं डिगदा ना, इस तरह भी उपर तो लैके थले तक स्टैप है जो सू फॉलो करने पैदे ने सॉफ्टवेयर में तैयार करने के लिए, वह कि सा वाटरफॉल मॉडल है, वो असी बैक भी जा सकते। इस तरह स्पायरल मॉडल, स्पायरल मॉडल के होंगे जो वाटरफॉल मॉडल से रिस्क है जो नहीं देखा जाता है, वह नहीं एनालिसिस किया जाता है। स्पायरल मॉडल रिस्क है जरा एनालिसिस किया जाता है, भी जो असं कोई चीज़ तैयार कर रहे हैं तो सू रिस्क देखना पड़ा। एक बंदा मान लो हम अज की है साढ़े को करोना महामारी का दौर चल रहा है, असी करोना महामारी के चाहिए कि नव बिजनेस या नवी कोई कंपनी चीज लॉन्च कर दी है, कोई नवा सॉफ्टवेयर लॉन्च कर दी है, तो वह की देखूगी वह क्राइसिस देखू कि यह चीज़ जी मैं इस समय के दौरान कंपनी देखूगी, इस समय के दौरान जी चीज़ मैं डिवेलप करके मार्केट के भेजनी है वो कोई वैल्यू होगी या नहीं होगी, वो हुण चल सकती है या नहीं चल सकती है। एक बंदा कोई नवा बिजनेस स्टार्ट करना चाहता है, वह देखूगा भी इस माहौल के दौरान वह बिजनेस अप होगा या डाउन होगा, तो उन्होंने की है रिस्क भी वह रिस्क का एनालिसिस है जरा वो करके चलूगा भी मैं इस काम कि रिस्क है किन्ने परसेंट हो सकता। थर्ड स्टेप की है रिक्वायरमेंट एनालिसिस। हुण जदों भी असी सॉफ्टवेयर कोई चीज़ तैयार करनी है तो सानू करना पहला रिक्वायरमेंट है जी कट्ठिया करनी पैनिया, जिहड़ियां जिहड़ियां चीज़ों की जरूरत है वो रिक्वायरमेंट है जी उन्होंने इकट्ठा करके एक उन्होंने आप कहते डॉक्यूमेंटेशन है जी तैयार करनी पेगी। जो कई बार किसी इंटरव्यू के जाने तो उत्थे तुहानू पुछ लैंदे कि डॉक्यूमेंटेशन की है, तो वह की है एस आर एस, ठीक है, सॉफ्टवेयर रिक्वायरमेंट स्पेसीफिकेशन, भी जिहड़ा तुसीं सॉफ्टवेयर डिवेलप कर रहे हो तैयार कर रहे हो उहदियां स्पेसीफिकेशन की ने। तुसीं मार्केट दे विच जाने हो नवां पीसी खरीद रहे हो तो आप उत्थे की देखदे हो कि स्पेसीफिकेशन भी किन्नी रैम है, किन्नी रोम है, किन्नी हार्ड डिस्क है, किहड़ी कंपनी दा है, किन्ना प्रोसैसर है, वह सारियां की ने उस स्पेसीफिकेशन भी असीं उस चीज़ को खरीदन लगे उस सॉफ्टवेयर को लैन लगे उहदियां स्पेसीफिकेशन जिहड़ियां वो तैयार कर दी। इस तरह नव सॉफ्टवेयर जो तैयार होंगे तो वह रिक्वायरमेंट एनालिसिस किया जाता है कि रिक्वायरमेंट है जी चाहिए है, वह एस आर एस है जरा तैयार किया जाता है। फोर्थ स्टैप की है सॉफ्टवेयर प्रोजैक्ट मैनेजमेंट। हुण सॉफ्टवेयर जो तैयार करना तो उस प्रोजैक्ट को तैयार करने के लिए एक मैनेजमेंट है जी अपना काम है वह परफॉर्म करना, तो उन्होंने मैनेज करने के लिए साढ़े को ने कॉमो मॉडल है जोड़े वो तैयार किए गए भी उन्होंने थ्रू असी अपना डाटा जोड़ा सारा वेरीफाई करके देखा। फिफ्थ स्टैप है सॉफ्टवेयर डिजाइन। उस तो बाद करते हैं सॉफ्टवेयर की असी डिजाइनिंग करते हैं, कपलिंग करके देखते हैं, कोहेजन करके देखते हैं, UML डायग्राम, यूनिफॉर्म रिसोर्स पेपर GFD जिहड़ियां वो डिजाइन करके देखते हैं। तो असी सॉफ्टवेयर को डिजाइन करने के लिए अलग अलग मैथड है जोड़े वो वरते जाते हैं। हुण जदों कोई चीज़ तैयार करनी है पहला की जाती है उसकी प्लानिंग की जाती है। एक इंसान नवा घर बनाउंदा, घर बनाउण लग्गिया की करूगा वो प्लानिंग करूगा, उस तो बाद करदे आपां वी उहने किहड़ी जगह दे उत्ते की चीज़ बनाउणी है, फिर उहदा की करदा वो रिक्वायरमेंट इकट्ठियां करदा भी हाँ मेरी आने वाले फ्यूचर के लिए आह प्लानिंग है, उस हिसाब नाल उहने कोई जगह खरीदनी है, कोई होर कम करना, वो रिक्वायरमेंट इकट्ठियां करूगा। थर्ड स्टैप की होगा उहदा डिजाइन, फिर की जाती है डिजाइनिंग की जाती है,
ਡਿਜ਼ਾਈਨ ਤਿਆਰ ਹੋ ਗਿਆ ਫਿਰ ਕੀ ਆ ਫੋਰਸ ਚੱਕ ਕੀ ਆ ਡਿਜ਼ਾਈਨ ਕਰਨ ਤੋਂ ਬਾਅਦ ਉਹਨੂੰ ਕਰੂਗਾ ਤਿਆਰ ਕਰੂਗਾ ਵੀ ਉਹਦੀ ਆਪਾਂ ਕਹਿੰਦੇ ਟੈਸਟਿੰਗ ਹੈ ਜਿਹੜੀ ਉਹ ਹੋਊਗੀ ਉਹਦੀ ਕੋਡਿੰਗ ਕਰਨੀ ਮਿਸਤਰੀ ਬੁਲਾ ਲਿਆ ਉਹਨੂੰ ਕਿਹਾ ਵੀ ਸਾਰਾ ਕੁਝ ਤੂੰ ਤਿਆਰ ਕਰ ਉਹਨੇ ਘਰ ਤਿਆਰ ਕਰ ਦਿਆ ਉਸ ਤੋਂ ਬਾਅਦ ਤਿਆਰ ਘਰ ਤਿਆਰ ਕਰਨ ਤੋਂ ਬਾਅਦ ਉਹ ਕਰਦਾ ਇਨਸਾਨ ਕਰਨ ਨੂੰ ਚੈੱਕ ਕਰਦਾ ਵੀ ਜਿਹੜੀਆਂ ਚੀਜ਼ਾਂ ਮੈਂ ਚਾਹੁੰਦਾ ਸੀ ਉਹ ਜਿਹੀਆਂ ਉਹਦੇ ਵਿੱਚ ਹੈਗੀਆਂ ਜਾਂ ਨਹੀਂ ਹੈਗੀਆਂ ਉਹ ਕੀ ਆ ਕੋਡਿੰਗ ਐਂਡ ਟੈਸਟ ਵੀ ਹੁਣ ਘਰ ਤਿਆਰ ਹੋ ਗਿਆ ਬਣ ਕੇ ਤਿਆਰ ਹੈ ਉਸ ਤੋਂ ਬਾਅਦ ਕਰਦਾ ਇਨਸਾਨ ਟੈਸਟ ਕਰਦਾ ਉਹਨੂੰ ਵੀ ਜਿਹੜੀ ਚੀਜ਼ ਜਿੱਥੇ ਮੈਂ ਚਾਹੁੰਦਾ ਸੀ ਉਸ ਤਰ੍ਹਾਂ ਦੀ ਮੇਰੀ ਚੀਜ਼ ਬਣੀ ਹੈ ਜਾਂ ਨਹੀਂ ਬਣੀ ਤਾਂ ਉਹ ਚੀਜ਼ ਕੀ ਹੁੰਦੀ ਹੈ ਟੈਸਟ ਉਸ ਤੋਂ ਬਾਅਦ ਕੀ ਹੁੰਦੀ ਹੈ ਮੇਨਟੇਨੈਂਸ ਮੇਨਟੇਨੈਂਸ ਕੀ ਹੁੰਦਾ ਵੀ ਤੁਸੀਂ ਚੀਜ਼ ਤਿਆਰ ਹੋ ਗਈ ਚੀਜ਼ ਤਿਆਰ ਹੋਣ ਤੋਂ ਬਾਅਦ ਕੀ ਹੈ ਅਸੀਂ ਉਹਨੂੰ ਬਾਰ ਬਾਰ ਕੋਈ ਮੰਨ ਲਓ ਕੱਲ੍ਹ ਉਹਦੇ 'ਤੇ ਰੰਗ ਕਰਨਾ ਜਾਂ ਕੋਈ ਚੀਜ਼ ਖਰਾਬ ਹੋ ਗਈ ਉਹਨੂੰ ਬਦਲਣਾ ਉਹ ਕੀ ਹੈ ਮੇਨਟੇਨੈਂਸ ਵੀ ਉਹਦੀ ਮੇਨਟੇਨੈਂਸ ਹੈ ਜਿਹੜੀ ਉਹ ਚੱਲਦੀ ਰਹਿੰਦੀ ਹੈ ਇਸ ਤਰ੍ਹਾਂ ਸੌਫਟਵੇਅਰ ਦੇ ਵਿੱਚ ਕੀ ਹੁੰਦਾ ਸੌਫਟਵੇਅਰ ਦੇ ਡਿਜ਼ਾਈਨ ਕੀਤੇ ਜਾਂਦੇ ਵੀ ਤੁਹਾਡਾ ਸੌਫਟਵੇਅਰ ਵਾਲਾ ਰੰਗ ਕਿਸ ਤਰ੍ਹਾਂ ਹੋਊਗਾ ਕਿਹੜੀ ਚੀਜ਼ ਦੀ ਲੋੜ ਪਊਗੀ ਠੀਕ ਹੈ ਕਿਵੇਂ ਉਸ ਚੀਜ਼ ਨੂੰ ਤਿਆਰ ਕਰਨਾ ਤਾਂ ਉਹਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦਾ ਡਿਜ਼ਾਈਨ ਕੀਤਾ ਜਾਂਦਾ ਵੀ ਇਸ ਤਰ੍ਹਾਂ ਰੰਗ ਹੋਊਗਾ ਇਸ ਤਰ੍ਹਾਂ ਇਹ ਸ਼ੋ ਹੋਊਗਾ ਇਹਦੇ ਵਿੱਚ ਆਹ ਚੀਜ਼ਾਂ ਜਿਹੜੀਆਂ ਪਹਿਲਾਂ ਖੁੱਲਣਗੀਆਂ ਆਹ ਚੀਜ਼ਾਂ ਜਿਹੜੀਆਂ ਬਾਅਦ ਵਿੱਚ ਹੋਣਗੀਆਂ ਐਨੇ ਦੇ ਪੇਜ ਹੋਣਗੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤਿਆਰ ਕਰਨੀਆਂ ਫਿਰ ਉਹਦੀ ਕੀਤੀਆਂ ਦੀਆਂ ਕੋਡਿੰਗ ਉਹਨੂੰ ਇੰਪਲੀਮੈਂਟ ਕਰਕੇ ਦੇਖਿਆ ਜਾਂਦਾ ਚਲਾ ਕੇ ਦੇਖਿਆ ਜਾਂਦਾ ਆਪਾਂ ਕਰਦੇ ਹਾਂ ਜੇ ਪ੍ਰੋਗਰਾਮ ਬਣਾਉਂਦੇ ਹਾਂ ਪ੍ਰੋਗਰਾਮ ਤੁਸੀਂ ਬਣਾ ਲਿਆ ਉਸ ਤੋਂ ਬਾਅਦ ਕਰਦੇ ਅਸੀਂ ਉਹ ਪ੍ਰੋਗਰਾਮ ਨੂੰ ਰਨ ਕਰਕੇ ਦੇਖਦੇ ਹਾਂ ਰਨ ਕਰਨ ਲੱਗਿਆ ਸਾਡੇ ਕੋਲ ਕੀ ਹੁੰਦਾ ਔਰ ਉਸ ਚੀਜ਼ ਨੂੰ ਟੈਸਟ ਕਰ ਰਿਹਾ ਹੁੰਦਾ ਵੀ ਹਾਂ ਇਹ ਚੀਜ਼ ਸਹੀ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਉਹ ਕੀ ਹੁੰਦੀ ਹੈ ਟੈਸਟ ਅਸੀਂ ਕੋਡਿੰਗ ਤਾਂ ਕਰ ਲਈ ਕੋਡ ਤੋਂ ਬਾਅਦ ਉਹਨੂੰ ਕਰਦੇ ਹਾਂ ਰਨ ਕਰਦੇ ਹਾਂ ਰਨ ਕਰਨਾ ਕੀ ਹੈ ਟੈਸਟ ਕਰਨਾ ਅਸੀਂ ਉਹਨੂੰ ਚਲਾ ਕੇ ਦੇਖਦੇ ਹਾਂ ਵੀ ਇਹਦੇ 'ਚ ਕੋਈ ਐਰਰ ਹੈ ਜਾਂ ਕੋਈ ਹੋਰ ਪ੍ਰੋਬਲਮ ਆ ਨਹੀਂ ਹੈਗੀ ਜੇ ਐਰਰ ਹੈ ਤਾਂ ਅਸੀਂ ਕਰਨਾ ਉਸ ਐਰਰ ਨੂੰ ਰਿਮੂਵ ਕਰਕੇ ਦੁਬਾਰਾ ਤੁਹਾਨੂੰ ਰਨ ਕਰਕੇ ਜਿਹੜਾ ਉਹ ਦੇਖਦੇ ਹਾਂ ਤਾਂ ਅੱਗੇ ਕੀ ਹੈ ਮੇਨਟੇਨੈਂਸ ਫਿਰ ਉਸ ਚੀਜ਼ ਨੂੰ ਉਹਦੇ ਵਿੱਚ ਕੋਈ ਮੰਨ ਲਓ ਚੇਂਜਸ ਕਰਨੀਆਂ ਨੇ ਇੱਕ ਸੌਫਟਵੇਅਰ ਚੱਕ ਕੇ ਤਿਆਰ ਹੋ ਗਿਆ ਹੁਣ ਮੰਨ ਲਓ ਫੀਸ ਸਟਰਕਚਰ ਦਾ ਸੌਫਟਵੇਅਰ ਵੀ ਤਿਆਰ ਕਰਨਾ ਤਾਂ ਹਰੇਕ ਕਾਲਜ ਦੀ ਹਰੇਕ ਸਕੂਲ ਦੀ ਅਲੱਗ ਅਲੱਗ ਰਿਕੁਆਇਰਮੈਂਟ ਹੋਊਗੀ ਕਿਸੇ ਨੇ ਮੰਨ ਲਓ ਉਹਦੇ ਵਿੱਚ ਸਟੂਡੈਂਟ ਦੀ ਇਨਫੋਰਮੇਸ਼ਨ ਪਾਉਣੀ ਹੈ ਕਿਸੇ ਨੇ ਫੀਸ ਦੇ ਮਤਲਬ ਅਲੱਗ ਅਲੱਗ ਆਪਾਂ ਕਹਿ ਦਈਏ ਹੈਡ ਬਣਾਉਣਾ ਠੀਕ ਹੈ ਵੀ ਇਹ ਸਾਡੀ ਰਜਿਸਟ੍ਰੇਸ਼ਨ ਫੀਸ ਹੈ ਜੀ ਇਹ ਸਾਡੀ ਲਾਇਬ੍ਰੇਰੀ ਦੀ ਫੀਸ ਹੈ ਇਹ ਸਾਡੀ ਇਹ ਫੀਸ ਹੈ ਤਾਂ ਉਹ ਕਿਵੇਂ ਉਹਦੇ ਵਿੱਚ ਅਲੱਗ ਅਲੱਗ ਹੈਡ ਬਣਦੇ ਨੇ ਤਾਂ ਹਰ ਇੱਕ ਕਾਲਜ ਹਰ ਇੱਕ ਸਕੂਲ ਦੀ ਅਲੱਗ ਅਲੱਗ ਰਿਕੁਆਇਰਮੈਂਟ ਹੋਊਗੀ ਉਸ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਤੁਸੀਂ ਉਸ ਚੀਜ਼ ਨੂੰ ਮੈਂਟੇਨ ਕਰੋਗੇ ਕਿਸੇ ਨੂੰ ਉਹਦੇ ਵਿੱਚ ਲਾਇਬ੍ਰੇਰੀ ਦੀ ਫੀਸ ਚਾਹੀਦੀ ਹੈ ਕਿਸੇ ਨੂੰ ਨਹੀਂ ਚਾਹੀਦੀ ਤਾਂ ਉਹ ਉਸ ਤਰ੍ਹਾਂ ਨਾਲ ਉਹਦੇ ਹੈਡ ਆ ਜਿਹੜੇ ਉਹ ਕ੍ਰੀਏਟ ਕੀਤੇ ਜਾਂਦੇ ਨੇ ਤਾਂ ਇਸੇ ਤਰ੍ਹਾਂ ਮੰਨ ਲਓ ਜੇ ਆਪਾਂ ਲੈ ਲਈਏ ਇੱਕ ਉਦਾਹਰਣ ਵੀ ਸਾਡੇ ਕੋਲ ਕਾਰ ਤਾਂ ਨਵੀਂ ਕਾਰ ਕੀ ਹੈ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਚੱਲੂਗੀ ਉਸ ਤੋਂ ਬਾਅਦ ਉਹਦੀ 4 ਸਾਲਾਂ ਬਾਅਦ ਮੇਨਟੇਨੈਂਸ ਹੈ ਜਿਹੜੀ ਉਹ ਹੋਊਗੀ ਤਾਂ ਕਈ ਚੀਜ਼ਾਂ ਇੱਕ ਹੋ ਗਈਆਂ ਆਪਣੇ ਕੋਲ ਇੱਕ ਨਵੀਂ ਚੀਜ਼ ਹੈਗੀ ਉਹ ਤਿਆਰ ਹੋਊ ਪਰ ਕਈ ਵਾਰੀ ਕਿਤੇ ਸਾਨੂੰ ਮਾਰਕੀਟ ਦੇ ਵਿੱਚ ਓਲਡ ਵਰਜ਼ਨ ਕਾਰ ਮਿਲਦੀਆਂ ਨੇ ਓਲਡ ਵਰਜ਼ਨ ਦਾ ਹੁੰਦਾ ਵੀ ਉਹ ਕੀ ਹੋ ਗਈਆਂ ਖਤਮ ਹੋ ਗਈਆਂ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਉਹਦੀ ਐਡੀਟਿੰਗ ਕਰਕੇ ਪੇਂਟਿੰਗ ਵਗੈਰਾ ਕਰਕੇ ਨਵੀਂ ਕਾਰ ਆ ਜੇ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਂਦੀ ਤਾਂ ਉਹ ਚੀਜ਼ ਕੀ ਹੈ ਵੀ ਤੁਹਾਡੇ ਕੋਲ ਉਹਨਾਂ ਸਮਾਂ ਹੀ ਚੱਲੂਗੀ ਤਾਂ ਉਹ ਚੀਜ਼ ਕੀ ਨੇ ਸਾਰੀਆਂ ਕ੍ਰਾਈਸਿਸ ਨੇ ਵੀ ਸਾਨੂੰ ਇਹ ਦੇਖਣਾ ਪਊਗਾ ਵੀ ਜਿਹੜਾ ਸੌਫਟਵੇਅਰ ਅਸੀਂ ਤਿਆਰ ਕਰ ਰਹੇ ਹਾਂ ਉਹ ਸਾਡੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਜਾਂ ਯੂਜ਼ਰ ਦੀਆਂ ਰਿਕੁਆਇਰਮੈਂਟ ਦੇ ਹਿਸਾਬ ਨਾਲ ਪੂਰਾ ਹੈ ਜਾਂ ਨਹੀਂ ਹੈ ਅੱਜ ਮਾਰਕੀਟ ਦੇ ਵਿੱਚ ਅਸੀਂ ਨਵਾਂ ਕੋਈ ਸੌਫਟਵੇਅਰ ਤੁਸੀਂ ਤਿਆਰ ਕਰਨ ਲੱਗ ਗਏ ਵੀ ਕੰਪਨੀ ਨੇ ਕਿਹਾ ਵੀ ਆਹ ਮੈਂ ਸੌਫਟਵੇਅਰ ਤਿਆਰ ਕਰਨਾ ਤਾਂ ਉਹਨੇ ਪਹਿਲਾਂ ਮਾਰਕੀਟ ਦੀ ਵੈਲਿਊ ਦੇਖਣੀ ਹੈ ਇਹ ਦੇਖਣਾ ਵੀ ਮਾਰਕੀਟ ਦੇ ਵਿੱਚ ਇਹ ਸੌਫਟਵੇਅਰ ਚੱਲ ਸਕਦਾ ਜਾਂ ਨਹੀਂ ਚੱਲ ਸਕਦਾ ਇਹਦੀ ਮਾਰਕੀਟ ਨੂੰ ਜ਼ਰੂਰਤ ਹੈ ਜਾਂ ਨਹੀਂ ਹੈ ਤਾਂ ਉਹਨੇ ਉਹੋ ਜਿਹਾ ਕੰਪਨੀ ਨੇ ਸੌਫਟਵੇਅਰ ਤਿਆਰ ਕਰਕੇ ਮਾਰਕੀਟ ਦੇ ਵਿੱਚ ਭੇਜਣਾ ਤਾਂ ਮਾਰਕੀਟ ਦੇ ਜਦੋਂ ਵੀ ਕੋਈ ਕੰਪਨੀ ਸੌਫਟਵੇਅਰ ਤਿਆਰ ਕਰਦੀ ਹੈ ਤਾਂ ਉਹਨੇ ਦੋ ਚੀਜ਼ਾਂ ਜਿਹੜੀਆਂ ਮੇਨ ਉਹ ਧਿਆਨ ਰੱਖਦੀ ਹੈ ਇੱਕ ਤਾਂ ਕੋਸਟ ਦਾ ਇੱਕ ਉਹਦੀ ਪ੍ਰੋਡਕਸ਼ਨ ਕਿੰਨੀ ਹੋ ਮਾਰਕੀਟ ਦੇ ਵਿੱਚ ਉਹਦੀ ਵੈਲਿਊ ਹੈ ਜਾਂ ਨਹੀਂ ਤਾਂ ਉਹ ਚੀਜ਼ਾਂ ਕਿਵੇਂ ਹੁਣ ਕੋਸਟ ਲਾ ਲਓ ਇੱਕ ਸੌਫਟਵੇਅਰ ਤਿਆਰ ਹੋਇਆ ਮੰਨ ਲਓ ਉਹਨੂੰ ਉਹਦੇ ਉੱਤੇ 5 ਲੱਖ ਰੁਪਇਆ ਸੌਫਟਵੇਅਰ ਦੇ ਉੱਤੇ ਤਿਆਰ ਕਰਨ ਦੇ ਖਰਚਾ ਹੁੰਦਾ ਠੀਕ ਹੈ ਦੂਜਾ ਕਿ ਉਹਨਾਂ ਨੇ ਲਾਈਫ ਸਾਈਕਲ ਦੇਖਣਾ ਸੌਫਟਵੇਅਰ ਦਾ ਵੀ ਸਟਾਰਟਿੰਗ ਤੋਂ ਲੈ ਕੇ ਜਦੋਂ ਲਾਂਚ ਕਰਤਾ ਲਾਂਚ ਕਰਨ ਦੇ ਕਿੰਨਾ ਸਮਾਂ ਤੱਕ ਉਹ ਮਾਰਕੀਟ ਦੇ ਵਿੱਚ ਰਹਿੰਦਾ ਹੋ ਸਕਦਾ ਮੰਨ ਲਓ ਕਿਸੇ ਸੌਫਟਵੇਅਰ ਦੇ ਉੱਤੇ ਮੰਨ ਲਓ 50 ਰੁਪਏ ਖਰਚਾ ਆਇਆ ਜੇ ਆਪਾਂ ਕਹਿੰਦੇ 50 ਰੁਪਏ ਖਰਚਾ ਆਇਆ ਮਾਰਕੀਟ ਦੇ ਵਿੱਚ ਭੇਜਤਾ ਜਦੋਂ ਮਾਰਕੀਟ ਦੇ ਵਿੱਚ ਭੇਜਿਆ ਤਾਂ ਉਹ ਸੌਫਟਵੇਅਰ ਮਾਰਕੀਟ ਦੇ ਵਿੱਚ ਜਾਂਦਿਆਂ ਸਾਰ ਹੀ ਫੇਲ ਹੋ ਗਿਆ ਕੋਈ ਕੰਪਨੀ ਹੈ ਉਹ ਆਪਣੀ ਐਪਲੀਕੇਸ਼ਨ ਲਾਂਚ ਕਰਦੀ ਹੈ ਵੀ ਅਸੀਂ ਆਹ ਐਪਲੀਕੇਸ਼ਨ ਬਣਾਈ ਹੈ ਇਹ ਐਪਲੀਕੇਸ਼ਨ ਅਸੀਂ ਲਾਂਚ ਕਰਤੀ ਲਾਂਚ ਕਰਨ 'ਤੇ ਖਰਚਾ ਤਾਂ ਆਊਗਾ ਬਣਾਉਣ 'ਤੇ ਖਰਚਾ ਆਇਆ ਫਿਰ ਉਹਨੂੰ ਲਾਂਚ ਕਰਨ 'ਤੇ ਖਰਚਾ ਆਊਗਾ
ਤਾਂ ਜਦੋਂ ਉਹ ਮਾਰਕੀਟ ਦੇ ਵਿੱਚ ਆਈ, ਮਾਰਕੀਟ ਵਿੱਚ ਮੰਨ ਲਓ ਉਹ ਐਪਲੀਕੇਸ਼ਨ ਡਾਊਨਲੋਡ ਹੀ ਨਹੀਂ ਕੀਤਾ, ਕਿਸੇ ਨੇ ਉਹਨੂੰ ਵਰਤਿਆ ਨਹੀਂ, ਕਿਸੇ ਨੇ ਉਹਨੂੰ ਚਲਾ ਕੇ ਨਹੀਂ ਗਿਆ, ਤਾਂ ਉਹ ਕੰਪਨੀ ਕੀ ਗਈ ਘੱਟ ਦੇ ਵਿੱਚ ਗਈ। ਤਾਂ ਉਹਨੇ ਕੀ ਦੇਖਣਾ, ਕਾਸਟ ਦੇਖਣੀ ਹੈ ਤੇ ਉਹਦਾ ਲਾਈਫ ਟਾਈਮ ਦੇਖਣਾ ਵੀ ਕਾਸਟ ਉਹਦੇ ਉੱਤੇ ਘੱਟ ਆਵੇ ਤੇ ਮਾਰਕੀਟ ਦੇ ਵਿੱਚ ਉਹ ਜ਼ਿਆਦਾ ਚੱਲੇ, ਉਹਨੂੰ ਉਸ ਚੀਜ਼ ਦਾ ਕੋਈ ਨਾ ਕੋਈ ਬੈਨੀਫਿਟ ਹੈ ਜਿਹੜਾ ਉਹ। ਉਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਧਿਆਨ ਰੱਖ ਕੇ ਇੱਕ ਸੌਫਟਵੇਅਰ ਜਿਹੜਾ ਉਹ ਤਿਆਰ ਕੀਤਾ ਜਾਂਦਾ ਹੈ। ਇਹ ਦੇਖਿਆ ਜਾਂਦਾ ਕਿ ਸੌਫਟਵੇਅਰ ਦੇ ਉੱਤੇ ਖਰਚਾ ਕਿੰਨਾ ਆ, ਕਿੰਨਾ ਚਿਰ ਚੱਲੀ, ਜਾਂ ਕਿਸ ਤਰ੍ਹਾਂ ਦਾ ਲੋਕਾਂ ਦੇ ਵਿਊ ਹੈ ਜਿਹੜੇ। ਹੁਣ ਆਪਾਂ ਕਈ ਵਾਰੀ ਕਿੰਨਾ ਕੋਈ ਚੀਜ਼ ਹੁੰਦੀ ਹੈ ਉਹ ਕੀ ਮੰਗਦੇ ਨੇ, ਵਿਊ, ਰਿਵਿਊ ਮੰਗਦੇ ਨੇ। ਰਿਵਿਊ ਦੇ ਵਿੱਚ ਕਿੰਨਾ ਵੀ ਦੇਖਦੇ ਨੇ ਉਹ ਚੈੱਕ ਕਰਦੇ ਨੇ ਸਾਡਾ ਸੌਫਟਵੇਅਰ ਲੋਕਾਂ ਨੂੰ ਕਿੰਨਾ ਪਸੰਦ ਆਇਆ ਜਾਂ ਸਾਡਾ ਸੌਫਟਵੇਅਰ ਕਿਸ ਤਰ੍ਹਾਂ ਦਾ ਲੱਗਿਆ। ਤਾਂ ਇਹ ਸਿਰਫ ਇੱਕ ਜਾਣ ਪਛਾਣ ਸੀ। ਉਸ ਤੋਂ ਬਾਅਦ ਆਪਾਂ ਇਹਨਾਂ ਦੇ ਡਿਟੇਲ ਵੀ SRS ਕੀ ਹੁੰਦਾ, ਕਿਸ ਤਰ੍ਹਾਂ ਤਿਆਰ ਹੁੰਦਾ, ਲਾਈਫ ਸਾਈਕਲ ਵਿੱਚ ਕੀ ਕੁਛ ਹੋਊਗਾ, ਪ੍ਰੋਜੈਕਟ ਮੈਨੇਜਮੈਂਟ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ, ਸੌਫਟਵੇਅਰ ਨੂੰ ਡਿਜ਼ਾਇਨ ਕਰਨ ਲਈ ਅਸੀਂ ਕਿਸ ਤਰ੍ਹਾਂ ਦੇ ਮੈਥਡ ਆ ਜਿਹੜੇ ਉਹ ਕਰਦੇ ਹਾਂ, ਕੋਡਿੰਗ ਕਿਸ ਤਰ੍ਹਾਂ ਹੁੰਦੀ ਹੈ, ਟੈਸਟਿੰਗ ਵੀ ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਹੈ। ਤਾਂ ਉਹ ਸਾਰੀਆਂ ਟੈਸਟਿੰਗ ਆ ਜਿਹੜੀਆਂ ਕਰਕੇ ਦੇਖਾਂਗੇ ਕਿਹੜੇ ਕਿਹੜੀਆਂ ਟੈਸਟ ਹੁੰਦੀਆਂ ਨੇ ਅਤੇ ਮੇਨਟੇਨੈਂਸ ਉਹਦੀ ਕੀ ਹੋਊਗੀ। ਇਹ ਸਿਰਫ ਅੱਜ ਤੁਹਾਡੇ ਨਾਲ ਸੌਫਟਵੇਅਰ ਦੇ ਬਾਰੇ ਜਾਣ ਪਹਿਚਾਣ ਸੀ ਵੀ ਸੌਫਟਵੇਅਰ ਇੰਜੀਨੀਅਰਿੰਗ ਹੁੰਦੀ ਕੀ ਹੈ, ਉਹਨੂੰ ਅਸੀਂ ਕਿਸ ਤਰ੍ਹਾਂ ਤਿਆਰ ਕਰਦੇ ਹਾਂ, ਇੰਜੀਨੀਅਰਿੰਗ ਕੀ ਹੈ, ਸਟੈਪ ਬਾਏ ਸਟੈਪ ਇਹ ਚੀਜ਼ ਨੂੰ ਫੋਲੋ ਕਰੋ। ਨਾ ਕਿ ਇੰਜੀਨੀਅਰ ਤਾਂ ਅਲੱਗ ਅਲੱਗ ਹੁੰਦੇ ਨੇ, ਮਕੈਨੀਕਲ ਇੰਜੀਨੀਅਰ ਹੁੰਦੇ ਨੇ, ਸੌਫਟਵੇਅਰ ਇੰਜੀਨੀਅਰ ਹੁੰਦੇ ਨੇ। ਤਾਂ ਉਹ ਸਿਰਫ ਇੰਜੀਨੀਅਰਿੰਗ ਕੀ ਹੈ ਵੀ ਸਟੈਪ ਬਾਏ ਸਟੈਪ ਕਿਸੇ ਚੀਜ਼ ਨੂੰ ਫੋਲੋ ਕਰਕੇ ਕੋਈ ਚੀਜ਼ ਹੈ ਜਿਹੜੀ ਉਹ ਤਿਆਰ ਕੀਤੀ ਗਈ ਹੈ। ਤਾਂ ਇਹਨਾਂ